ਚੰਡੀਗੜ੍ਹ ਵਿੱਚ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਦੇ ਵਿੱਚ ਅਹਿਮ ਬੈਠਕ ਹੋਈ ਮੀਟਿੰਗ ਤੋਂ ਬਾਅਦ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ 28 ਮਾਰਚ ਨੂੰ SGPC ਦਾ ਸਾਲਾਨਾ ਬਜਟ ਅੰਮ੍ਰਿਤਸਰ ਦੇ ਵਿੱਚ ਪੇਸ਼ ਹੋਵੇਗਾ। ਗੁਰੂ ਤੇਗ ਬਹਾਦਰ ਜੀ ਦੇ 2021 ਦੇ ਵਿੱਚ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਨੂੰ ਲੈ ਕੇ ਵੀ ਤਿਆਰੀਆਂ ਦਾ ਹਵਾਲਾ ਦਿੱਤਾ ਗਿਆ, ਜਿਸ ਲਈ ਅਪ੍ਰੈਲ ਤੋਂ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਵੇਗੀ। SGPC ਦੇ ਸਾਲਾਨਾ ਬਜਟ ਨੂੰ ਪੇਸ਼ ਕਰਨ ਤੋਂ ਪਹਿਲਾਂ ਅੰਤਰਿਮ ਕਮੇਟੀ ਦੀ ਬੈਠਕ ਕੀਤੀ ਗਈ। SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਦੇ ਵਿੱਚ ਬੈਠਕ ਹੋਈ ਤੇ ਕਈ ਮੁੱਦਿਆਂ ਤੇ ਇਸ ਦੌਰਾਨ ਚਰਚਾ ਕੀਤੀ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਲੌਂਗੋਵਾਲ ਨੇ ਕਿਹਾ ਕਿ 28 ਮਾਰਚ ਨੂੰ ਅੰਮ੍ਰਿਤਸਰ ਦੇ ਵਿੱਚ ਬਜਟ ਪੇਸ਼ ਕੀਤਾ ਜਾਏਗਾ, ਜਿਸ ਦੇ ਵਿੱਚ ਲੋਕ ਭਲਾਈ ਤੇ ਸ਼ਤਾਬਦੀ ਸਮਾਗਮਾਂ ਦੇ ਲਈ ਬਜਟ ਰੱਖਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਇੱਕ ਸਾਲਾਨਾ ਬਜਟ ਜਿਹੜਾ 28 ਮਾਰਚ ਨੂੰ ਔਰ ਇਹ ਪਾਸ ਕੀਤਾ ਜਾਵੇਗਾ। ਇਹ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਦੁਪਹਿਰ 1 ਵਜੇ ਅਸੀਂ ਇਹ ਆਪਣਾ ਇਜਲਾਸ ਜਿਹੜਾ ਹੈਗਾ ਉਹ ਕਰਾਂਗੇ, ਔਰ ਜਿਹਦੇ ਵਿੱਚ ਵੱਖੋ ਵੱਖਰੀਆਂ ਸਾਡੀਆਂ ਆਈਟਮਾਂ ਹੁੰਦੀਆਂ ਨੇ, ਜਿਵੇਂ ਧਰਮ ਪ੍ਰਚਾਰ ਦੇ ਲਈ ਬਜਟ ਰੱਖਦੇ ਹਾਂ, ਇਸੇ ਤਰ੍ਹਾਂ ਲੋਕ ਭਲਾਈ ਦੇ ਕੰਮਾਂ ਦੇ ਲਈ ਅਤੇ ਸ਼ਤਾਬਦੀਆਂ ਦੇ ਲਈ ਜਿਹੜਾ ਅਸੀਂ ਬਜਟ ਅਸੀਂ ਰੱਖਦੇ ਹਾਂ। ਦੇਸ਼ ਦੇ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਤੇ SGPC ਪ੍ਰਧਾਨ ਲੌਂਗੋਵਾਲ ਨੇ ਚਿੰਤਾ ਜ਼ਾਹਰ ਕੀਤੀ ਹੈ ਤੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼ੁਰੂ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਹੈ। ਬਿਲਕੁਲ, ਸਾਡੀਆਂ ਵੱਖਰੀਆਂ ਟੀਮਾਂ ਸੀ, ਸ੍ਰੀ ਗੁਰੂ ਹਸਪਤਾਲ ਦੀਆਂ ਸਾਡੀਆਂ ਡਾਕਟਰਾਂ ਦੀ ਇੱਕ ਟੀਮਾਂ ਵਿਸ਼ੇਸ਼ ਤੌਰ ਤੇ ਅਸੀਂ ਜਿਹੜੀਆਂ ਨੇ ਉੱਥੇ ਭੇਜ ਰਹੇ ਹਾਂ। ਜੇ ਕੋਈ ਵੀ ਐਸੀ ਗੱਲ ਆਉਂਦੀ ਹੈ ਤਾਂ ਤੁਰੰਤ ਜਿਹੜਾ ਹੈਗਾ ਉਹਨਾਂ ਦਾ ਉਹਨੂੰ ਸੰਭਾਲਿਆ ਜਾਵੇਗਾ ਤੇ ਉਹਦਾ ਇਲਾਜ ਕੀਤਾ ਜਾਊਗਾ। SGPC ਵੱਲੋਂ ਅੰਮ੍ਰਿਤਧਾਰੀ ਬੱਚਿਆਂ ਦੇ ਲਈ ਖਾਸ ਐਲਾਨ ਕੀਤਾ ਗਿਆ। 6ਵੀਂ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਵਿਦਿਆਰਥੀਆਂ ਨੂੰ ਵਜ਼ੀਫਾ ਦੇਣ ਦੀ ਗੱਲ ਵੀ ਆਖੀ ਗਈ ਹੈ। ਬਸਮ ਵਰਮਾ, ਜ਼ੀ ਮੀਡੀਆ, ਚੰਡੀਗੜ੍ਹ।